ਡਾਕਟਰ ਦਲੀਪ ਕੌਰ ਟਿਵਾਣਾ ਜਿਹੜੀ ਹੈ ਪੈਰਲਲ ਰੂਪ ਦੇ ਵਿੱਚ ਦੋ ਖੇਤਰਾਂ ਦੇ ਵਿੱਚ ਆਪਣੀ ਪਛਾਣ ਸਥਾਪਿਤ ਕਰਦੀ ਹੈ। ਪਹਿਲਾ ਖੇਤਰ ਹੈ ਅਧਿਐਨ ਤੇ ਅਧਿਆਪਨ ਦਾ। ਮੈਡਮ ਟਿਵਾਣਾ ਬੜਾ ਲੰਮਾ ਅਰਸਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਲੈਕਚਰਰ, ਰੀਡਰ, ਪ੍ਰੋਫੈਸਰ, ਡੀਨ ਆਫ ਲੈਂਗੁਏਜਿਸ ਦੇ ਰੂਪ ਦੇ ਵਿੱਚ ਉਹਨਾਂ ਨੇ ਇੱਕ ਲੰਮਾ ਅਰਸਾ ਕੰਮ ਕੀਤਾ ਹੈ। ਇੱਡੇ ਵੱਡੇ ਵੱਡੇ ਵਿਦਵਾਨਾਂ ਨੂੰ ਦੇਖ ਕੇ ਮੈਨੂੰ ਜੋ ਕੁਛ ਆਉਂਦਾ ਸੀ ਉਹ ਵੀ ਭੁੱਲ ਗਿਆ ਕਿ ਮੈਂ ਕੀ ਕਹਿਣਾ, ਕੀ ਦੱਸਣਾ। ਮੈਨੂੰ ਲੱਗਦਾ ਕਿ ਜੋ ਕੁਛ ਲੇਖਕ ਕੋਲ ਹੁੰਦਾ ਉਹ ਆਪਣੀਆਂ ਕਿਤਾਬਾਂ 'ਚ ਦੱਸ ਦਿੰਦਾ, ਬਾਅਦ ਵਿੱਚ ਖਾਲੀ ਹੋ ਕੇ ਬੈਠ ਜਾਂਦਾ। ਜੇ ਅਸੀਂ ਅੱਜ ਦੇਖੀਏ ਕਿ ਇਹ ਰਿਸ਼ਤੇ 'ਚ ਇੱਡੇ ਵਿਗਾੜ ਕਿਉਂ ਪੈ ਗਏ ਨੇ, ਪਹਿਲੀ ਗੱਲ ਤਾਂ ਇਹ ਹੈ ਕਿ ਆਪਣੇ ਆਪ ਨਾਲ ਰਿਸ਼ਤਾ ਤਾਂ ਹੀ ਬਣੂਗਾ ਜੇ ਅਸੀਂ ਆਪਣੇ ਆਪ ਦਾ ਕੋਈ ਇਮੇਜ ਬਣਾਇਆ ਹੋਊਗਾ। ਅਸੀਂ ਹਮੇਸ਼ਾ ਹੀ ਆਪਣੇ ਆਪ ਨੂੰ ਜਾਣਨ ਦੀ ਥਾਂ ਆਪਣੇ ਆਪ ਨੂੰ ਭੁੱਲਣ ਦੇ ਆਹਰ ਵਿੱਚ ਲੱਗੇ ਰਹਿੰਦੇ ਹਾਂ। ਮੈਡਮ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਰਹੇ ਹੈ ਔਰ ਉਦੋਂ ਮੈਂ ਆਪ ਕੇਂਦਰੀ ਪੰਜਾਬੀ ਲੇਖਕ ਸਭਾ 'ਚ ਸੀ ਅਤੇ ਡਾਕਟਰ ਸੁਖਦੇਵ ਮੈਡਮ, ਅਸੀਂ ਔਰ ਮੈਡਮ ਹੋਰਾਂ ਨੇ ਰਲ ਕੇ ਜੋ ਪੰਜਾਬੀ ਸਾਹਿਤ ਅਕੈਡਮੀ ਲਈ ਕੀਤਾ ਨਾ, ਜਿੰਨਾ ਇਹਨਾਂ ਨੇ ਉੱਥੇ ਫੰਡ ਲਿਆ ਕੇ ਕੀਤਾ, ਉਹਦੀ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਆਉਣ ਵਾਲੇ ਸਮੇਂ 'ਚ ਲੱਗੇਗੀ। ਉਹ ਆ ਉੱਥੇ ਸਾਈ ਮੀਆਂ ਮੀਰ ਇੱਕ ਬੁੱਕ ਮਾਰਕੀਟ ਬਣਾਈ ਹੈ ਜਿਹੜੀ ਹੁਣ ਆਲਮੋਸਟ ਤਿਆਰ ਹੋ ਗਈ ਆ। आज यहाँ आई हूँ गुरु नानक देव सिख स्टडीज डिपार्टमेंट में, जहाँ हम बात कर रहे हैं डॉक्टर दलीप कौर टिवाणा से। मैम जैसे बुक लॉन्च कर सारे स्टूडेंट्स मैंने बहुत अच्छा लगे इतने आके, तो मैं सारे स्टूडेंट्स ਸਾਰੇ ਲਿਖਣ ਵਾਲਿਆਂ ਨਾਲ ਇੱਕੋ ਹੀ ਗੱਲ ਕਹਿਣੀ ਚਾਹੁੰਦੀ ਹਾਂ ਕਿ ਤੁਹਾਡੀ ਸਿਰਜਣਾ ਤੁਹਾਡੀ ਇਬਾਦਤ ਤੁਸੀਂ ਬਹੁਤ ਇੰਸਪਾਇਰਿੰਗ ਹੋ, ਸਪੈਸ਼ਲੀ ਸਾਡੀ ਵਿਮੈਨ ਫਰਟਰਨਿਟੀ ਦੀ ਬਹੁਤ ਬਹੁਤ ਵੱਡੀ ਇੰਸਪੀਰੇਸ਼ਨ ਹੋ। ਤੁਹਾਡੀ ਜਿੰਨੀ ਵੀ ਨੋਵਲ ਸੀਗੀ ਜਿਹੜੀ ਤੁਸੀਂ 41 ਨੋਵਲਸ ਅੱਜ ਤੱਕ ਲਿਖੀਆਂ ਨੇ, ਅਤੇ ਸਾਰੀ ਦੀ ਸਾਰੀ ਬਹੁਤ ਜ਼ਿਆਦਾ ਇੰਸਪਾਇਰਿੰਗ ਨੇ। ਮੈਂ ਪੁੱਛਣਾ ਚਾਹੂੰਗੀ ਤੁਹਾਡੀ ਮੋਟੀਵੇਸ਼ਨ ਕੀ ਰਹੀ ਹੈ? ਮੋਟੀਵੇਸ਼ਨ ਤਾਂ ਡੈਡੀਕੇਸ਼ਨ ਨਹੀਂ ਹੈ, ਕਮਿਟਮੈਂਟ ਹੈ। ਅਤੇ ਮੈਂ ਵੈਸੇ ਬਾਕੀ ਵੀ ਕੰਮ ਕਰਦੀ ਹਾਂ, ਮੇਰਾ ਬੇਟਾ ਹੈ, ਹੁਣ ਤਾਂ ਮੇਰੇ ਘਰ ਬਾਹਰ ਆ, ਸਭ ਕੁਛ ਹੈ, ਰਿਸ਼ਤੇਦਾਰ ਨੇ, ਸਟੂਡੈਂਟਸ ਨੇ, ਬਾਕੀ ਸਾਰੇ ਕੰਮਾਂ 'ਚ ਸ਼ਾਮਿਲ ਵੀ ਹੁੰਦੀ ਹਾਂ। ਪਰ ਜਿਵੇਂ ਇੱਕ ਹੁੰਦਾ ਤੁਹਾਡੀ ਰਾਤ ਨੂੰ ਬੈਠ ਕੇ ਆਪਣਾ ਬਹੁਤ ਦੇਰ ਤੱਕ ਪੜ੍ਹਨਾ ਲਿਖਣਾ, ਇਹ ਵੀ ਮੇਰੀ ਜ਼ਿੰਦਗੀ ਦਾ ਇੱਕ ਜ਼ਰੂਰੀ ਹਿੱਸਾ, ਇਹ ਮੇਰੀ ਕਮਿਟਮੈਂਟ ਹੈ ਲਿਟਰੇਚਰ ਨਾਲ। ਅਤੇ ਆਹੀ ਸਾਡੇ ਤੁਹਾਡੇ ਸਾਰੇ ਸਟੂਡੈਂਟਸ ਵੀ ਮੰਨਦੇ ਆ ਤੁਹਾਨੂੰ ਆਹੀ ਕਰਕੇ। ਅਤੇ ਮੈਂ ਪੁੱਛਣਾ ਚਾਹੂੰਗੀ 60 ਈਅਰਸ ਹੋ ਗਏ ਨੇ ਤੁਹਾਨੂੰ ਗ੍ਰੈਜੂਏਟ ਹੋਏ, ਅਤੇ ਤੁਸੀਂ PhD ਵੀ ਇੱਥੇ ਹੋਏ ਤੁਸੀਂ ਆ ਪੰਜਾਬ ਯੂਨੀਵਰਸਿਟੀ, ਤੁਹਾਨੂੰ ਕਿਵੇਂ ਦੀ ਫੀਲਿੰਗ ਆਉਂਦੀ ਹੈ ਜਦੋਂ ਤੁਸੀਂ ਵਾਪਸ ਆਉਂਦੇ ਹੋ ਇੱਥੇ? ਅਸੀਂ ਸਾਰੇ ਸਟੂਡੈਂਟਸ ਹੋਏ ਬੱਚਾ, ਤੁਹਾਨੂੰ ਕਿਵੇਂ ਦੀ ਫੀਲਿੰਗ ਆਉਂਦੀ, ਤੁਹਾਨੂੰ ਇੱਕ ਚੇਂਜ ਦਿਸਦਾ? ਹਰ ਪਲ ਇਨਸਾਨ ਚੇਂਜ ਹੋਈ ਜਾਂਦਾ, ਵਕਤ ਚੇਂਜ ਹੋਈ ਜਾਂਦਾ, ਸਭ ਕੁਛ ਹੀ ਬਦਲੀ ਜਾਂਦਾ। ਬਦਲਣਾ ਤਾਂ ਕੁਦਰਤ ਦਾ ਨਿਯਮ ਹੈ, ਪਰ ਚਾਹੀਦਾ ਹੀ ਹੈ ਕਿ ਜੋ ਕੀਮਤੀ ਹੈ ਉਹਨੂੰ ਰਿਟੇਨ ਕਰਨਾ ਹੈ, ਜੋ ਕੀਮਤੀ ਆਉਂਦਾ ਉਹਨੂੰ ਤੁਸੀਂ ਸੰਭਾਲ ਲੈਣਾ ਹੈ, ਦੋਨਾਂ 'ਚ ਸੁਮੇਲ ਹੋਣਾ ਚਾਹੀਦਾ। ਉਹਨਾਂ ਦੇ ਸੁਮੇਲ ਹਮ ਬਾਤ ਕਰ ਰਹੇ ਥੇ ਡਾਕਟਰ ਦਲੀਪ ਕੌਰ ਟਿਵਾਣਾ ਸੇ। ਮੈਂ ਹੂੰ ਜਾਵੇਗਾ ਤਨੀਜਾ ਔਰ ਰੇਡੀਓ ਜਿੱਥੇ ਤਾਂ ਮੈਂ 91.2 ਮੈਗਾਹਰਟਜ਼ ਪੜ੍ਹੂੰ ਔਰ ਪੜ੍ਹਾਂ। ਆਜ ਹਮ ਬਾਤ ਕਰ ਰਹੇ ਹੈ ਚੇਅਰਪਰਸਨ ਮੈਮ ਫਰੋਮ ਗੁਰੂ ਨਾਨਕ ਦੇਵ ਸਿੱਖ ਸਟੱਡੀਜ਼ ਡਿਪਾਰਟਮੈਂਟ ਸੇ, ਪ੍ਰੋਫੈਸਰ ਜਸਪਾਲ ਕੌਰ ਕਾਂਗ। ਮੈਮ ਆਜ ਹਮਨੇ ਆਪਕੇ ਜਰਨਲ ਕੀ ਰੈਵੋਲੇਸ਼ਨ ਕੀ ਹੈ, ਰਿਲੀਜ਼ ਕੀ ਹੈ, ਐਂਡ ਦੈਟ ਟੂ ਇਨ ਹੈਂਡਸ ਆਫ ਆਨਰੇਬਲ ਮੈਮ ਡਾਕਟਰ ਟਿਵਾਣਾ, ਆਪਕੋ ਆਜ ਕੈਸੀ ਫੀਲਿੰਗ ਆ ਰਹੀ ਹੈ ਇਤਨਾ ਗ੍ਰੈਂਡ ਇਵੈਂਟ ਔਰਗਨਾਈਜ਼ ਕਰਕੇ? ਸਭ ਤੋਂ ਵੱਡੀ ਫੀਲਿੰਗ ਤਾਂ ਹੈਪੀਨੈਸ ਅਤੇ ਸੈਟਿਸਫੈਕਸ਼ਨ ਦੀ ਹੁੰਦੀ ਹੈ ਜਦੋਂ ਜਿਹੜੇ ਡਿਪਾਰਟਮੈਂਟ ਨੇ ਉਹ ਵੱਡੀਆਂ ਵੱਡੀਆਂ ਸ਼ਖਸੀਅਤਾਂ ਨਾਲ ਬਣਦੇ ਨੇ, ਵੱਡੇ ਵੱਡੇ ਨਾਵਾਂ ਦੇ ਨਾਲ ਬਣਦੇ ਨੇ,
ਜਦੋਂ ਤੁਹਾਡੇ ਡਿਪਾਰਟਮੈਂਟ ਦੇ ਵਿੱਚ ਵੱਡੀਆਂ ਸ਼ਖਸੀਅਤਾਂ ਆਉਂਦੀਆਂ ਨੇ ਤਾਂ ਤੁਹਾਡੇ ਡਿਪਾਰਟਮੈਂਟ ਦਾ ਕੱਦ ਜਿਹੜਾ ਹੈ ਉਹ ਉੱਚਾ ਹੋ ਜਾਂਦਾ ਹੈ। ਦੂਜੀ ਪਹਿਚਾਣ ਤੁਹਾਡੇ ਡਿਪਾਰਟਮੈਂਟ ਦੀ ਤੁਹਾਡੇ ਸਟੂਡੈਂਟ ਹੁੰਦੇ ਨੇ ਅਤੇ ਜਦੋਂ ਤੁਹਾਡੇ ਸਟੂਡੈਂਟ ਚੰਗੀਆਂ ਚੰਗੀਆਂ ਜਗ੍ਹਾ ਦੇ ਉੱਤੇ ਕੰਮ ਕਰਦੇ ਨੇ ਔਰ ਫਿਰ ਆਪਣੀਆਂ ਰਿਸਰਚ ਬੁੱਕਸ ਨੂੰ ਪ੍ਰਕਾਸ਼ਿਤ ਕਰਦੇ ਨੇ, ਤੁਹਾਨੂੰ ਆਪਣੀਆਂ ਕਿਤਾਬਾਂ ਨੂੰ ਰਿਲੀਜ਼ ਕਰਨ ਦਾ ਮੌਕਾ ਦਿੰਦੇ ਨੇ, ਤਾਂ ਉਹਦੇ ਨਾਲ ਵੀ ਡਿਪਾਰਟਮੈਂਟ ਜਿਹੜਾ ਹੈ ਉਹ ਪ੍ਰਫੁੱਲਿਤ ਹੁੰਦਾ ਹੈ। ਸੋ ਅੱਜ ਮੇਰੇ ਲਈ ਖੁਸ਼ੀ ਦਾ ਮੌਕਾ ਵੀ ਹੈ ਅਤੇ ਸੰਤੋਸ਼ ਦਾ ਮੌਕਾ ਵੀ ਹੈ ਕਿ ਅੱਜ ਅਸੀਂ ਇੱਕ ਬਹੁਤ ਨਾਮਵਰ ਲੇਖਕ ਆ ਜਿਹਨੂੰ ਇੰਨੇ ਇਨਾਮ ਮਿਲ ਚੁੱਕੇ ਨੇ ਔਰ ਜਿਹਨੂੰ ਅਸੀਂ ਇਸਤਰੀ ਜਾਤੀ ਦੀ ਪ੍ਰਵਕਤਾ ਕਹਿੰਦੇ ਹਾਂ ਉਹ ਸਾਡੇ ਡਿਪਾਰਟਮੈਂਟ ਵਿੱਚ ਆਈ। ਅਸਲ ਵਿੱਚ ਇਹ ਮੌਕਾ ਜਿਹੜਾ ਸੀ ਸਾਹਿਤ ਅਕੈਡਮੀ ਦੁਆਰਾ ਔਰਗੇਨਾਈਜ਼ ਕੀਤਾ ਗਿਆ ਸੀ। ਮੈਂ ਆਪ ਸਾਹਿਤ ਅਕੈਡਮੀ ਦੀ ਸਲਾਹਕਾਰ ਬੋਰਡ ਦੀ ਮੈਂਬਰ ਹਾਂ ਔਰ ਮੈਂ ਇਹ ਪ੍ਰੋਗਰਾਮ ਜਿਹੜਾ ਸੀ ਆਪਣੀ ਮਰਜ਼ੀ ਦੇ ਨਾਲ ਲਿਆ ਸੀ ਤਾਂ ਕਿ ਜਿਸ ਕਲਚਰਲ ਕ੍ਰਾਈਸਿਸ ਦੇ ਵਿੱਚੋਂ ਸਾਡੇ ਬੱਚੇ ਨਿਕਲ ਰਹੇ ਨੇ ਉਹਨਾਂ ਨੂੰ ਕੋਈ ਰਾਹ ਨਹੀਂ ਦਿਸ ਰਿਹਾ ਕਿ ਅਸੀਂ ਪੱਛਮੀ ਵੈਲਿਊਜ਼ ਨੂੰ ਅਪਣਾਈਏ ਜਾਂ ਭਾਰਤੀ ਵੈਲਿਊਜ਼ ਨੂੰ ਅਪਣਾਈਏ, ਤਾਂ ਮੈਡਮ ਜਿਹੜੇ ਸੀ ਸਾਡੇ ਕੋਲ ਇੱਕ ਰਾਹ ਦਸੇਰਾ ਵਜੋਂ ਸੀ, ਇੱਕ ਰਾਹ ਦੱਸਣ ਵਾਲੇ ਸੀ ਕਿ ਪਹਿਲਾਂ ਆਪਣੇ ਵਿਰਸੇ ਨਾਲ ਜੁੜੋ, ਪਹਿਲਾਂ ਆਪਣੀਆਂ ਜੜ੍ਹਾਂ ਨਾਲ ਜੁੜੋ, ਫਿਰ ਉਸ ਤੋਂ ਬਾਅਦ ਵੱਡੀਆਂ ਉਡਾਰੀਆਂ ਮਾਰੋ। ਸੋ ਅੱਜ ਵਿਦਿਆਰਥੀਆਂ ਨੂੰ ਇਹ ਬਹੁਤ ਵੱਡਾ ਸੰਦੇਸ਼ ਦੇਣ ਦੀ ਲੋੜ ਹੈ ਕਿ ਉਹ ਆਪਣੇ ਵਿਰਸੇ ਦੀ ਸੰਭਾਲ ਕਰਨ। ਸੋ ਮੈਨੂੰ ਅੱਜ ਬੜੀ ਖੁਸ਼ੀ ਹੋਈ ਹੈ ਕਿ ਅੱਜ ਇਹ ਜਿਹੜਾ ਵੱਡਾ ਕੰਮ ਸੀ ਮੈਡਮ ਡਾਕਟਰ ਦਲੀਪ ਕੌਰ ਟਿਵਾਣਾ ਨੇ ਆਪਣਾ ਇੱਥੇ ਆ ਕੇ ਨਿਭਾਇਆ। ਆਈ ਐਮ ਸ਼ੋਰ ਮੈਮ ਸਾਡੇ ਲਿਸਨਰਸ ਵੀ ਬਹੁਤ ਖੁਸ਼ ਹੋਣਗੇ ਤੁਹਾਡੀ ਇੰਟਰਵਿਊ ਸੁਣ ਕੇ ਅਤੇ ਮੈਮ ਡਾਕਟਰ ਤਿਵਾਣਾ ਦੀ ਇੰਟਰਵਿਊ ਸੁਣ ਕੇ। ਅਤੇ ਤੁਸੀਂ ਕਹਿਣਾ ਚਾਹੋਗੇ, ਤੁਸੀਂ ਸਾਨੂੰ ਦੱਸਿਆ ਸੀਗਾ ਜਦ ਤੁਸੀਂ ਇੱਥੇ ਆਏ ਸੀ ਲੈਕਚਰ ਦੀ ਜੋਬ 'ਚ ਦੇ ਲਈ ਅਪਲਾਈ ਕੀਤਾ ਸੀ ਅਤੇ ਮੈਮ ਨੇ ਤੁਹਾਨੂੰ ਤੁਹਾਡੀ ਹੈਲਪ ਕੀਤੀ ਸੀ, ਉਸ ਤੋਂ ਬਾਅਦ ਐਕਚੁਅਲੀ ਮੈਮ ਨੇ ਹੈਲਪ ਨਹੀਂ ਸੀ ਕੀਤੀ, ਉਹ ਮੌਕਾ ਐਸਾ ਸੀ ਕਿ ਮੈਂ ਪਹਿਲੀ ਵਾਰੀ ਮੈਡਮ ਨੂੰ ਮਿਲੀ ਸਾਂ ਅਤੇ ਮੈਡਮ ਉੱਥੇ ਬੈਠੇ ਸਨ ਇੰਟਰਵਿਊ ਬੋਰਡ ਵਿੱਚ ਅਤੇ ਮੈਨੂੰ ਉਹਨਾਂ ਦਾ ਬਿਲਕੁਲ ਪਤਾ ਨਹੀਂ ਸੀ, ਮੈਂ ਉਹਨਾਂ ਨੂੰ ਫਿਜ਼ੀਕਲੀ ਨਾ ਕਦੇ ਮਿਲੀ ਸਾਂ, ਸਿਰਫ ਉਹਨਾਂ ਦੇ ਨਾਲ ਜਿਹੜੀ ਮੇਰੀ ਸਾਂਝ ਸੀ ਉਹ ਉਹਨਾਂ ਦੀਆਂ ਪੁਸਤਕਾਂ ਦੇ ਰੂਪ ਵਿੱਚ ਮੇਰੇ ਨਾਲ ਸਾਂਝ ਸੀ। ਅਤੇ 41 ਨੋਵਲਸ ਲਿਖੀਆਂ ਨੇ ਉਹਨਾਂ ਨੇ ਅੱਜ ਤੱਕ, ਤੁਹਾਡੀ ਕਿਹੜੀ ਫੇਵਰੇਟ ਹੈ? ਮੇਰੀ ਫੇਵਰੇਟ 3 ਨਾਵਲ ਨੇ ਉਹਨਾਂ ਦੇ ਜਿਹੜੇ ਕਿ ਇੱਕ ਬਿਰਤਾਂਤਕ ਕੜੀ ਵਿੱਚ ਜੁੜੇ ਹੋਏ ਨੇ, ਉਹ ਨਾਵਲ ਨੇ ਹਸਤਾਖਰ, ਪੈਰਚਾਲ ਅਤੇ ਜ਼ਮੀਨ ਉੱਚੇ ਅਸਮਾਨ, ਅਤੇ ਚੌਥਾ ਨਾਵਲ ਹੈ ਉਹਨਾਂ ਦਾ ਕਥਾ ਕੋ ਉਰਵਸ਼ੀ ਜਿਹੜਾ 6 ਭਾਗਾਂ 'ਚ ਲਿਖਿਆ ਗਿਆ ਹੈ। ਇਹ ਜਿਹੜਾ ਨਾਵਲ ਹੈ ਇਹ ਜਿਹੜਾ ਪੱਛਮੀ ਸੱਭਿਆਚਾਰ ਦੇ ਵਿੱਚ ਜਿਵੇਂ ਸਾਡੀਆਂ ਭਾਰਤੀ ਵੈਲਿਊਜ਼ ਕਦਰਾਂ ਕੀਮਤਾਂ ਜਿਹੜੀਆਂ ਨੇ ਉਹ ਗੁਆਚ ਰਹੀਆਂ ਨੇ, ਉਹਨਾਂ ਦੇ ਉੱਤੇ ਲਿਖਿਆ ਗਿਆ ਕਿ ਸਾਡੀ ਜਿਹੜੀ ਔਰਤ ਹੈ ਉਹ ਵੀ ਆਪਣੇ ਵਿਰਸੇ ਨੂੰ ਛੱਡ ਕੇ ਆਪਣੇ ਨਿੱਜ ਦੇ ਨਾਲ ਜੁੜੀ ਜਾ ਰਹੀ ਹੈ, ਜਿਸ ਕਰਕੇ ਅੱਗੋਂ ਜਿਹੜੀ ਸੰਤਾਨ ਪੈਦਾ ਹੋ ਰਹੀ ਹੈ ਉਹ ਵੀ ਸਵਾਰਥੀ ਪੈਦਾ ਹੋ ਰਹੀ ਹੈ। ਸੋ ਔਰਤ ਨੂੰ ਆਪਣੇ ਨਿੱਜ ਤੋਂ ਉੱਠ ਕੇ ਪਰ ਦੇ ਨਾਲ ਜੁੜਨਾ ਪਏਗਾ, ਤਾਂ ਹੀ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਵਧੀਆ ਸੰਤਾਨ ਜਿਹੜੀ ਹੈ ਉਹ ਸਾਡੇ ਸਾਹਮਣੇ ਆ ਸਕੇਗੀ। Thank you for speaking to us, ma'am. This was Dr. Jaspal Kaur for Radio Jyoti 91.2 MHz. Padho aur padhao.